किसान आंदोलन को लेकर लगातार मेरे सहयोगी दया सिंह ग्राउंड जीरो पर बने हुए हैं राजपुरा से। राजपुरा से दया सिंह जो है बने हुए हैं। दया, अभी किसानों का आंदोलन जो है दिन प्रतिदिन उग्र होता हुआ दिखाई दे रहा है, तो वहीं दूसरी ओर जो है कृषि मंत्री नरेंद्र सिंह तोमर बार बार यही आश्वासन दे रहे हैं कि बातचीत से जो है बात बनने वाली है। राजपुरा में इस वक्त क्या हालात है? ਵੱਡੀ ਗਿਣਤੀ ਚ ਕਿਸਾਨ ਇੱਥੇ ਬੈਠੇ ਨੇ ਔਰ ਲਗਾਤਾਰ ਰੋਜ਼ਾਨਾ ਹੀ ਇਹਨਾਂ ਵੱਲੋਂ ਇੱਥੇ ਜਿਹੜਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ। ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਪੱਕੇ ਤੌਰ ਤੇ ਜਿਹੜਾ ਟੋਲ ਪਲਾਜ਼ੇ ਦੇ ਮੋਰਚਾ ਲਾਇਆ, ਔਰ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇੱਥੇ ਉਹ ਰੋਜ਼ਾਨਾ ਇੱਥੇ ਆਪਣੀ ਜ਼ਿੰਦਗੀ ਜਿਹੜੀ ਕਰਦੇ ਨੇ ਬਤੀਤ, ਤੇ ਕਿਸਾਨ ਅੰਦੋਲਨ ਜਿਹੜਾ ਲਗਾਤਾਰ ਘਟਦਾ ਜਾ ਰਿਹਾ ਹੈ। ਔਰ 3 ਮਹੀਨੇ ਹੋ ਚੁੱਕੇ ਨੇ ਟੋਲ ਪਲਾਜ਼ੇ ਤੇ ਇੱਥੇ ਬਜ਼ੁਰਗ ਜਿਹੜੀ ਠੰਡ ਸੜਕ ਦੀ ਠੰਡ ਦੇ ਵਿੱਚ ਬੈਠੇ ਨੇ, ਪਰ ਇਹਨਾਂ ਨਾਲ ਗੱਲਬਾਤ ਕਰਦੇ ਆ। कृषि मंत्री ने कहते भी जिहड़ा भी मसला है गलबात नाल ही हल होगा, भी जे गलबात करिए मसला हल हो सकता है, पर पहले भी कई बार मीटिंग हो चुकी है, मसला नहीं हल हो। अगली रणनीति किवें चल रही है? ਜਦੋਂ ਕੋਈ ਕਿਸਾਨ ਪੱਤਰ ਦਾ ਵਿਰੋਧ ਕਰਦਾ ਤਾਂ ਆਪਣੇ ਸਾਰੇ ਮੈਮੋਰੈਂਡਮ ਚੱਕੋ ਜਾਂ ਭਾਰਤ ਤੱਕ ਬਹੁਤ ਘੱਟ ਕਰਕੇ